कोरोना की दूसरी लहर के चलदिआं सरकार वल्लों मिनी लॉकडाउन का ऐलान किया होया है, जिस विच सारे व्यापारक अदारिआं नूं समां हद दे के खुलण की इजाजत दी गई है, पर जिम अते फिटनेस सेंटर नूं अजे भी सरकार वल्लों खुलण की कोई भी इजाजत नहीं है, जिसके रोस वजों अज पंजाब भर के जिम संचालकों वल्लों हर शहर के चौंकों ते खड़े होकर हत्थां 'च तख्तियां लैके शांतमई तरीके नाल रोस प्रदर्शन किए जा रहे हैं। ये तस्वीरां फरीदकोट दीआं हन, जिथे कि जिम खोलण की मंग नूं लैके जिम के मालकों वालों प्रदर्शन किया जा रहा है। इस मौके जिम संचालकों वालों मांग की गई है कि लंबे समय तो ठप पे उन्होंने व्यापार को भी होर व्यापारों वांग खोलिया जाए, ता जो वो अपने घर बार चला सकन, क्योंकि उन्होंने व्यापार नाल कई घर जुड़े हैं। ਭਾਜੀ ਸਾਡੀ ਪੰਜਾਬ ਸਰਕਾਰ ਤੋਂ ਮੰਗ ਹੈ ਵੀ ਜਿਵੇਂ ਲੋਕਾਂ ਨੂੰ ਹਰੇਕ ਚੀਜ਼ ਖਿਲਾਤੀ ਹੈ ਵੀ ਸਾਡਾ ਵੀ ਹੱਕ ਬਣਦਾ ਵੀ ਅਸੀਂ ਆਪਦਾ ਰੋਜ਼ਗਾਰ ਕਰੀਏ। ਇਹਨਾਂ ਨੇ ਠੇਕਿਆਂ 'ਚ ਚੋਰ ਮੋਰੀਆਂ ਰਖਾ ਦੀਆਂ, ਉੱਥੋਂ ਹਰੇਕ ਬੰਦਾ ਦਾਰੂ ਵੇਚੀ ਜਾਂਦਾ ਠੇਕੇ ਵਾਲਾ, ਸਾਨੂੰ ਸਾਡਾ ਹੱਕ ਦਿਓ, ਅਸੀਂ ਵੀ ਕੰਮ ਕਰਨਾ, ਅਸੀਂ ਆਪਦਾ ਹੱਕ ਮੰਗਦੇ ਹਾਂ ਆਪਦਾ ਕੰਮ ਕਰਨ ਦਾ। ਕੀ ਗੱਲ ਜਿੰਮਾ ਜੀ, ਕਰੋਨਾ ਇੱਕ ਬੱਸ 9x20 ਦੀ ਹੁੰਦੀ ਹੈ ਅਤੇ ਫੁੱਲ ਭਰੀ ਹੈ ਜੀ, ਉੱਥੇ ਕਰੋਨਾ ਨਹੀਂ ਹੁੰਦਾ ਸਾਡੀਆਂ ਜਿੰਮਾ 'ਚ ਕਰੋਨਾ ਹੁੰਦਾ। ਇਹਨੂੰ ਪੰਜਾਬ ਇਹਨਾਂ ਨੂੰ ਫੈਸਲੇ ਲੈਣੇ ਨਹੀਂ ਆਉਂਦੇ, ਜਿਹੜੇ ਇਹਨਾਂ ਨੇ ਫੈਸਲੇ ਲੈਣੇ ਸੀਗੇ, ਹਸਪਤਾਲ ਖਿਲਾਉਣੇ ਸੀ, ਆਕਸੀਜਨ ਦੇਣੀ ਸੀ ਜਾਂ ਵੈਕਸੀਨੇਸ਼ਨ ਦੇਣੀ ਸੀ, ਉੱਧਰ ਧਿਆਨ ਦੇ ਕੇ ਇਹ ਲੋਕਾਂ ਦਾ ਰੋਜ਼ਗਾਰ ਬੰਦ ਕਰਾਈ ਜਾਂਦੇ ਆ, ਲੋਕਾਂ ਦਾ ਧੰਦਾ ਬੰਦ ਕਰਾਈ ਜਾਂਦੇ ਆ। ਹਾਂਜੀ, ਅਸੀਂ ਪੰਜਾਬ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਵੀ ਅਸੀਂ ਇੱਕ ਚੰਗੇ ਸ਼ਹਿਰੀ ਹੋਣ ਦੇ ਨਾਤੇ ਚੰਗੀ ਤਰ੍ਹਾਂ ਵਧੀਆ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਹਾਂ ਵੀ ਸਾਡਾ ਕੰਮ ਸਾਡਾ ਖਿਲਾਇਆ ਜਾਵੇ, ਸਾਡਾ ਰੋਜ਼ਗਾਰ ਸਾਨੂੰ ਕਰਨ ਦਾ ਮੌਕਾ ਦਿੱਤਾ ਜਾਵੇ। ਅਸੀਂ ਕਿਰਾਏ ਭਰਨੇ ਹੈ, ਸਾਡੇ ਵੀ ਬਿਜਲੀ ਦੇ ਬਿੱਲ ਆ, ਸਾਡਾ ਵੀ ਪਰਿਵਾਰ ਹੈ, ਅਸੀਂ ਉਹ ਵੀ ਪਾਲਣਾ, ਸਾਡੇ ਘਰਾਂ ਦੇ ਬਿੱਲ ਬਿਜਲੀ ਦੇ ਬਿੱਲ ਅਤੇ ਰੈਂਟ ਉੱਦਾਂ ਹੀ ਆਈ ਜਾਂਦੇ ਆ। ਕਿਉਂ ਪ੍ਰਦਰਸ਼ਨ ਕੀਤਾ ਜਾ ਰਿਹਾ ਅੱਜ? ਪੰਜਾਬ ਜਿਮ ਐਸੋਸੀਏਸ਼ਨ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ, ਸਾਰਾ ਬਾਜ਼ਾਰ ਖੁੱਲ੍ਹ ਗਿਆ, ਜਦਕਿ ਬੱਸਾਂ ਵੀ ਫੁੱਲ ਆਪਦੀ ਸਟਰੈਂਥ 'ਤੇ ਜਾ ਰਹੀਆਂ ਹਨ ਅਤੇ ਸਾਡੀਆਂ ਜਿੰਮਾਂ ਬੰਦ ਹਨ। ਜਦਕਿ ਕੈਪਟਨ ਸਾਹਿਬ ਨੇ ਆਖਿਆ ਸੀ ਮੈਂ 4 ਮਹੀਨਿਆਂ ਦੇ ਵਿੱਚ ਸਾਰੇ ਨਸ਼ੇ ਬੰਦ ਕਰਾ ਦੂੰ, ਨਸ਼ੇ ਤਾਂ ਬੰਦ ਹੋਏ ਨਹੀਂ, ਸਾਡੀਆਂ ਜਿਹੜੇ ਸਿਹਤ ਵਾਲੇ ਜਿਹੜੀਆਂ ਚੀਜ਼ਾਂ ਅਸੀਂ ਸਿਹਤ ਠੀਕ ਕਰਦੇ ਹਾਂ ਲੋਕਾਂ ਦੀ, ਅਸੀਂ ਆਪ ਤੰਦਰੁਸਤ ਕਰਵਾਉਂਦੇ ਹਾਂ ਲੋਕਾਂ ਨੂੰ, ਅਤੇ ਸਾਨੂੰ ਜਿੰਮਾਂ ਬੰਦ ਕਰ ਦਿੱਤਾ ਗਿਆ ਹੈ। ਸਾਨੂੰ ਇਹ ਨਹੀਂ ਸਮਝ ਆਉਂਦੀ ਅਸੀਂ ਜਿੰਮਾਂ ਵਿੱਚ ਜਿੰਮ ਚਲਾ ਕੇ ਅਸੀਂ ਲੋਕਾਂ ਦੀ ਇਮਿਊਨਿਟੀ ਬੂਸਟ ਕਰਦੇ ਹਾਂ, ਅਤੇ ਲੋਕਾਂ ਦੀ ਇਮਿਊਨਿਟੀ ਦਾ ਬੂਸਟ ਕੀ ਕਰਨੀ ਲੋਕਾਂ ਦੀ, ਸਗੋਂ ਉਹਨਾਂ ਦੇ ਸਿਹਤ ਖਰਾਬ ਕਰਨ ਵਾਲੀਆਂ ਸ਼ਰਾਬ ਦੇ ਠੇਕੇ ਹੋਰ ਨਸ਼ਿਆਂ ਦੇ ਥਾਂ ਸਾਰੀਆਂ ਖੁੱਲ੍ਹੇ ਹਨ, ਜਿਹੜੇ ਕਿ ਉਹ ਉਹਨਾਂ ਤੋਂ ਬੰਦ ਨਹੀਂ ਹੋਏ ਅਤੇ ਸਾਡੇ ਜਿੰਮ ਬੰਦ ਕਰਾ ਦਿੱਤੇ ਗਏ ਹਨ। ਅਸੀਂ ਕਹਿੰਦੇ ਸਾਡੇ ਜਿੰਮ ਜਲਦੀ ਤੋਂ ਜਲਦੀ ਖੋਲ੍ਹਣ, ਅਸੀਂ ਵੀ ਆਪਦਾ ਰੋਜ਼ਗਾਰ ਕਰੀਏ, ਸਾਡੇ ਵੀ ਬਾਲ ਬੱਚੇ ਹਨ, ਅਸੀਂ ਉਹਨਾਂ ਦੀਆਂ ਸਕੂਲ ਦੀਆਂ ਫੀਸਾਂ ਭਰਦੇ ਹਾਂ, ਘਰਾਂ ਦੇ ਬਿਜਲੀ ਦੇ ਬਿੱਲ ਹੈ, ਸਾਡੇ ਆਪਦੇ ਜਿੰਮਾਂ ਦੇ ਰੈਂਟ ਹੈ, ਜਿੰਮਾਂ ਦੀਆਂ ਜਿਹੜੀਆਂ ਹੈਗੀਆਂ ਆਪਦੀਆਂ ਬਿਜਲੀ ਦੀਆਂ ਬਿਜਲੀ ਦੇ ਬਿੱਲ ਹੈ, ਸਾਡਾ ਕੁਛ ਵੀ ਮਾਫ਼ ਨਹੀਂ ਕੀਤਾ ਗਿਆ, ਅਤੇ ਸਾਨੂੰ ਸਭ ਕੁਛ ਹੀ ਉੱਤੇ ਦੀ ਉੱਤੇ ਖਰਚੇ 'ਤੇ ਖਰਚੇ ਪਈ ਜਾਂਦੇ ਹਨ, ਅਤੇ ਜਦਕਿ ਸਰਕਾਰ ਵੱਲੋਂ ਕੋਈ 1% ਵੀ ਸਾਨੂੰ ਸਹੂਲਤ ਨਹੀਂ ਦਿੱਤੀ ਜਾਂਦੀ, ਅਤੇ ਸਾਡਾ ਨੁਕਸਾਨ ਸਗੋਂ ਹੋਈ ਜਾ ਰਿਹਾ ਹੈ। इस मौके आम आदमी पार्टी के आगू गुरदित सिंह सेखों ने भी कहा है कि सरकार नशे के कारोबार खुलने की इजाजत तो दे सकती है, पर जिथे बच्चों ने शरीरक फिटनेस लेनी है उसनों बंद किया गया है। तो पंजाब के अंदर सरकार नीतियां वेखो भी ठेके शराब के खुले है, स्कूल है, जिम है, ग्राउंडा बंद है, तो उन्होंने लैके जो पूरे पंजाब के अंदर जो साडे जिम ट्रेनर है जां जिम दे विच मुंडे एक्सरसाइज करते उन्होंने वालों अज एक कॉल दी गई सी, उन्हों लैके इतने जोड़े खड़े और उन्होंने मैं भी सहयोग कर रहा क्योंकि मैं खुद नैशनल प्लेयर हाँ। फरीदकोट तो संदीप सेठी की रिपोर्ट, पंजाब टुडे।